ਪਿਛਲੇ 3 ਸਾਲਾਂ ਦੇ ਇਹ ਕੇਸ ਆ ਰਹੇ ਆ ਲਗਾਤਾਰ, ਜਿਵੇਂ ਇਸ ਵਾਰ ਸੁੰਡੀ ਨੇ ਨਰਮਾ ਤਬਾਹ ਕਰਤਾ, ਜਿਹੜੇ ਮੱਕੀ ਵਾਲੇ ਏਰੀਏ ਸੀ ਉਹਨਾਂ ਦੇ ਵਿੱਚ ਉਹ ਵੀ ਸੁੰਡੀ ਨੇ ਬਹੁਤ ਜ਼ਿਆਦਾ ਆਪਦਾ ਰੌਲਾ ਪਵਾਇਆ, ਉੱਥੇ ਵੀ ਫਸਲ ਨੂੰ ਖਰਾਬ ਕੀਤਾ। ਬਾਜਰੇ ਦੇ ਵਿੱਚ ਵੀ ਸੁੰਡੀ ਦੇਖੀ ਗਈ ਆ, ਸੂਰਜਮੁਖੀ ਦੇ ਵਿੱਚ ਵੀ ਸੁੰਡੀ ਦੇਖੀ ਗਈ ਆ, ਜੇ ਕਣਕ ਦੇ ਵਿੱਚ ਵੀ ਇਹੀ ਰੌਲਾ ਪੈ ਗਿਆ ਤੇ ਸਟਾਰਟਿੰਗ ਵਾਲੀ ਅਵਸਥਾ ਦੇ ਵਿੱਚ ਜੇਕਰ ਸੁੰਡੀ ਆਉਂਦੀ ਆ ਤਾਂ ਕਿੰਨੀਆਂ ਕੁ ਸਪਰੇਹਾਂ ਕਰ ਲਾਂ? ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਵੱਡਾ ਖਤਰਾ ਪੈਦਾ ਹੋ ਸਕਦਾ, ਆਉਣ ਵਾਲੇ 2 ਸਾਲਾਂ ਦੇ ਵਿੱਚ ਹੋ ਸਕਦਾ ਕਣਕ ਛੱਡਣੀ ਪੈ ਜੇ। ਇਸ ਕਿਸਾਨ ਭਰਾਵੋ, ਇਸ ਵਾਰ ਗੁਲਾਬੀ ਸੁੰਡੀ ਦੇਖਣ ਨੂੰ ਮਿਲੀ ਹੈ ਕਣਕ 'ਚ, ਭਾਵੇਂ ਤਾਂ ਕਿਸੇ ਵੀ ਤਰੀਕੇ ਦੀ ਕਣਕ ਬੀਜੀ ਹੋਈ ਸੀਗੀ, ਹੈਪੀ ਸੀਡਰ ਵਾਲੀ ਸੀਗੀ, ਸੁਪਰ ਸੀਡਰ ਵਾਲੀ ਸੀ, ਰੋਟਾਵੇਟਰ ਕਣਕ, ਛਿੱਟੇ ਵਾਲੀ, ਮਲਚਿੰਗ ਵਾਲੀ ਕਣਕ ਜਾਂ ਜੀਰੋ ਡਰਿੱਲ ਵਾਲੀ ਕਣਕ ਜਾਂ ਆਪਾਂ ਆਮ ਰਵਾਇਤੀ ਤਰੀਕੇ ਨਾਲ ਬੀਜਦੇ ਹਾਂ, ਉਹਦੇ ਵਿੱਚ ਵੀ ਦਿਖੀ ਆ। ਜੇਕਰ ਕਿਤੇ ਕੋਈ ਇਹੋ ਜਿਹਾ ਤਾਲਮੇਲ ਬਣਦਾ ਮੌਸਮ ਦੇ ਨਾਲ ਜਾਂ ਇਹ ਇਨਸੈਕਟ ਇੰਨਾ ਕੁ ਜ਼ਿਆਦਾ ਮਲਟੀਪਲਾਈ ਹੋ ਜਾਂਦਾ ਕਿ ਆਪਣੀ ਸਾਰੀ ਕਣਕ ਦੇ ਵਿੱਚ ਸਾਰੇ ਵਾਢੇ ਦਾ ਸਾਰੀਆਂ ਕਿਸਮਾਂ ਦੀਆਂ ਜਿਹੜੀਆਂ ਤਕਨੀਕਾਂ ਦੇ ਨਾਲ ਕਣਕ ਬੀਜੀ ਜਾਂਦੀ ਆ ਉਹਨਾਂ ਦੇ ਵਿੱਚ ਆਉਣ ਲੱਗ ਜਾਂਦਾ, ਤਾਂ ਆਪਾਂ ਕਿਸੇ ਵਿਧੀ ਨੂੰ ਜਾਂ ਕਿਸੇ ਬੀਜਣ ਦੇ ਤਰੀਕੇ ਨੂੰ ਇਹਦੇ ਨਾਲ ਜੋੜ ਨਹੀਂ ਸਕਦੇ, ਆਪਾਂ ਨੂੰ ਇਹਦੇ 'ਤੇ ਕੰਮ ਕਰਨਾ ਪੈਣਾ। ਅਤੇ ਪਾਕਿਸਤਾਨ ਦੇ ਵਿੱਚ ਕਈ ਵੱਡੇ ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਸਿਰਫ ਕਣਕ ਦੀ ਹੀ ਜ਼ਿਆਦਾਤਰ ਖੇਤੀ ਹੁੰਦੀ ਹੈ ਝੋਨੇ ਤੋਂ ਬਾਅਦ ਜਾਂ ਨਰਮੇ ਤੋਂ ਬਾਅਦ, ਉੱਥੇ ਇਹ ਇਨਸੈਕਟ ਵੱਡੇ ਪੱਧਰ 'ਤੇ ਆਉਣ ਲੱਗਿਆ, ਕਿਉਂਕਿ ਇਹ ਜਿਹੜੀ ਸੁੰਡੀ ਆ ਇਹ ਹੈ ਤਾਂ ਝੋਨੇ ਦੀ, ਜਿਵੇਂ ਆਪਾਂ ਪਿੰਕ ਸਟੈਮ ਬੋਰਰ ਕਹਿ ਦਿੰਦੇ ਹਾਂ, ਪਿੰਕ ਬੋਰਰ ਕਹਿ ਦਿੰਦੇ ਹਾਂ, ਪਰ ਇਹ ਜ਼ਿਆਦਾ ਗਰਮੀ ਦੇ ਵਿੱਚ ਜਦੋਂ ਠੰਡ ਲੇਟ ਪੈਂਦੀ ਹੈ ਜਾਂ ਠੰਡ ਪੈਂਦੀ ਨਹੀਂ ਹੈਗੀ ਜਾਂ ਠੰਡ ਸੁੱਕੀ ਪੈਂਦੀ ਹੈ ਜਾਂ ਦਿਨ ਦੇ ਸਮੇਂ ਤਾਪਮਾਨ ਜ਼ਿਆਦਾ ਰਹਿੰਦਾ, ਖਾਸ ਕਰਕੇ ਪਹਿਲ ਦੇ ਆਧਾਰ ਤੇ ਪਰਾਲੀ ਵਾਲੇ ਖੇਤ, ਜਿਹੜਾ ਧਰਤੀ ਦਾ ਤਾਪਮਾਨ ਆ ਉਹ ਵਧੀਆ ਰਹਿੰਦਾ, ਉਹ ਗਰਮ ਰਹਿੰਦਾ, ਉਹ ਜ਼ਿਆਦਾ ਠੰਡ ਦੇ ਵਿੱਚ ਘੱਟ ਠੰਡਾ ਹੁੰਦਾ ਤੇ ਗਰਮੀ ਦੇ ਵਿੱਚ ਉਹ ਨੋਰਮਲ ਠੰਡਾ ਹੁੰਦਾ, ਜਿਹੜਾ ਆਪਣੀ ਮਦਦ ਵੀ ਕਰਦਾ। ਇਸ ਵਿਧੀ ਦੇ ਨਾਲ ਕਣਕਾਂ ਦੇ ਝਾੜ ਬੇਕਾਰ ਮੌਸਮ ਰਹਿਣ ਤੇ ਵੀ ਚੰਗੇ ਆਉਂਦੇ ਆ, ਪਰ ਜਦੋਂ ਕਣਕਾਂ 15 ਅਕਤੂਬਰ ਤੋਂ ਹੀ ਬੀਜਣ ਲੱਗ ਗਏ ਆਪਾਂ, ਕੋਈ ਇਸ ਤਰ੍ਹਾਂ ਦਾ ਖੇਤ ਖਾਲੀ ਹੋ ਗਿਆ, ਭਾਵੇਂ ਪਰਾਲੀ ਵਾਲਾ ਖੇਤ ਸੀ ਚਾਹੇ ਨਹੀਂ, ਇਹਦੇ ਨਾਲ ਤਾਂ ਕੋਈ ਤਾਲਕ ਹੀ ਨਹੀਂ, ਮੌਸਮ ਦੇ ਨਾਲ ਤਾਪਮਾਨ ਕਲਾਈਮੇਟ ਦੇ ਨਾਲ ਇਸ ਚੀਜ਼ ਦਾ ਜੋੜ ਜੁੜਦਾ ਕਿ ਜੇਕਰ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਹੈ, ਠੰਡ ਲੇਟ ਜਾਂਦੀ ਹੈ, ਠੰਡ ਘੱਟ ਪੈਂਦੀ ਹੈ, ਟੁੱਟਵੀਂ ਠੰਡ ਪੈਂਦੀ ਹੈ, ਪਹਿਲਾਂ ਠੰਡ ਪੈਣ ਲੱਗ ਗਈ, ਜਿਵੇਂ ਅਕਤੂਬਰ ਦੇ ਐਂਡ ਵਿੱਚ ਇੱਕ ਵਾਰ ਠੰਡ ਸ਼ੁਰੂ ਹੋ ਗਈ ਸੀ, ਪਰ ਨਵੰਬਰ ਦੇ ਵਿੱਚ ਜਾ ਕੇ ਠੰਡ ਘੱਟ ਗਈ, ਹੁਣ ਈਵਨ ਕਿ ਅੱਜ ਦਸੰਬਰ ਹੋ ਚੁੱਕਿਆ, 9 ਦਸੰਬਰ ਆ, ਅਤੇ ਦਸੰਬਰ ਦੇ ਵਿੱਚ ਵੀ ਇੰਨੀ ਜ਼ਿਆਦਾ ਕੋਈ ਠੰਡ ਨਹੀਂ ਹੈਗੀ ਕਿ 10 ਘੰਟੇ ਤੋਂ ਵੱਧ ਚੰਗੀ ਧੁੱਪ ਲੱਗ ਰਹੀ ਆ, ਕਿ ਉਹ ਪਿਛਲੇ ਸਾਲ ਦੇ ਮੁਕਾਬਲੇ ਠੰਡ ਘੱਟ ਆ। ਤਾਂ ਜਿਹੜੀਆਂ ਜ਼ਿਆਦਾ ਨਜਾਇਜ਼ ਅਗੇਤੀਆਂ ਕਣਕਾਂ ਬੀਜੀਆਂ, ਜਿਨ੍ਹਾਂ ਨੂੰ ਆਪਾਂ 15 ਅਕਤੂਬਰ ਵਾਲੀਆਂ ਕਣਕਾਂ ਨੂੰ ਕੰਪੇਅਰ ਕਰੀਏ ਤਾਂ 2 ਮਹੀਨਿਆਂ ਦੀਆਂ ਕਣਕਾਂ ਹੋ ਚੁੱਕੀਆਂ, 55 ਦਿਨਾਂ ਦੀਆਂ ਕਣਕਾਂ ਹੋ ਗਈਆਂ, 55 ਦਿਨਾਂ ਤੱਕ ਹੀ ਕਣਕ ਜ਼ਿਆਦਾਤਰ ਯੂਰੀਆ ਮੰਗਦੀ ਆ, 55 ਦਿਨਾਂ ਤੱਕ ਹੀ ਇੰਟਰਨੋਡ ਤੱਕ ਦਾ ਕੰਮ ਹੁੰਦਾ, 55 ਦਿਨਾਂ 60 ਦਿਨਾਂ ਤੱਕ ਹੀ ਮੈਕਸੀਮਮ ਲੰਬੇ ਸਮੇਂ ਦੀਆਂ ਵਰਾਇਟੀਆਂ ਜਿਹੜੀਆਂ ਉਹ ਬੂਟਾ ਬਣਾਉਂਦੀਆਂ, ਅਤੇ ਉਦੋਂ ਬਾਅਦ ਕੋਈ ਵੀ ਉਹਨਾਂ ਨੂੰ ਖਾਦ ਖੁਰਾਕ ਦਿਉਂਗੇ ਤਾਂ ਉਹਦੇ ਨਾਲ ਕੱਦ ਵਧੂਗਾ, ਬੂਟਾ ਨਹੀਂ ਬਚਦਾ ਹੈਗਾ। ਜਿਹੜੀ ਮੇਨ ਗੱਲ ਮੈਂ ਕਰ ਰਿਹਾ ਸੀ ਵੀ ਤਾਪਮਾਨ ਵਧਣ ਦੇ ਕਰਕੇ 2 ਖਤਰੇ ਕਣਕ ਦੇ ਵਾਪਣੀ 'ਤੇ ਆਉਂਦੇ ਆ, ਇੱਕ ਤਾਂ ਇਨਸੈਕਟ ਦਾ ਜਿਹੜਾ ਕਿ ਜਿਹੜਾ ਸੁੰਡੀ ਨਾਲ ਜੁੜਿਆ ਹੋਇਆ, ਉਹਦਾ ਹੱਲ ਤੁਸੀਂ ਕਿਵੇਂ ਮਰਜ਼ੀ ਕਰ ਲਓ, ਭਾਵੇਂ ਦੇ ਸਪਰੇਅ ਦੇ ਨਾਲ ਕਰ ਲਓ, ਭਾਵੇਂ ਤੁਸੀਂ ਸੀ ਟਰੀਟਮੈਂਟ ਦੇ ਨਾਲ ਕਰ ਲਓ, ਪਰ ਸਭ ਤੋਂ ਵਧੀਆ ਸਟੀਕ ਹੱਲ ਇਹ ਹੈਗਾ ਕਿ ਆਪਾਂ ਕਣਕ ਦੀ ਬਿਜਾਈ ਨੂੰ ਲੇਟ ਲੈ ਜਾਈਏ, ਆਪਾਂ ਆਪਦੇ ਏਰੀਆ ਦੇ ਮੁਤਾਬਕ ਜਿੱਥੇ ਲਗਾਤਾਰ ਕੰਟੀਨਿਊਸਲੀ ਸਾਰੇ ਖੇਤਾਂ ਦੇ ਵਿੱਚ 99% ਕਣਕ ਹੁੰਦੀ ਆ, ਉੱਥੇ ਇਹਦੀ ਬਿਜਾਈ ਨੂੰ ਲੇਟ ਕੀਤਾ ਜਾਵੇ, ਕਿਉਂਕਿ ਹਰ ਇੱਕ 50 ਕਿਲੋਮੀਟਰ ਤੋਂ ਬਾਅਦ ਵੀ ਮੌਸਮ ਦਾ ਵੱਖਰਾ ਰੂਪ ਆਪਾਂ ਨੂੰ ਦੇਖਣ ਨੂੰ ਮਿਲਦਾ, ਕਿਤੇ 50 ਕਿਲੋਮੀਟਰ ਬਾਅਦ ਜ਼ਿਆਦਾ ਠੰਡ ਹੁੰਦੀ ਆ, ਜ਼ਿਆਦਾ ਗਰਮੀ ਹੁੰਦੀ ਆ, ਕਈ ਵਾਰੀ ਆਪਾਂ 1 ਡਿਗਰੀ ਜਾਂ 1/2 ਡਿਗਰੀ ਨੂੰ ਆਪਾਂ ਖੁਦ ਤਾਂ ਮਹਿਸੂਸ ਨਹੀਂ ਕਰ ਸਕਦੇ ਬਾਹਲਾ ਜ਼ਿਆਦਾ, ਪਰ ਫਰਕ ਤਾਂ ਹੁੰਦਾ ਕਿਸੇ ਵੀ ਮੌਸਮ ਦੇ ਕਰਕੇ। ਜੇਕਰ 1 ਡਿਗਰੀ ਆਪਾਂ ਐਵਰੇਜ ਤਾਪਮਾਨ ਦੀ ਇੱਕ ਦਿਨ ਅਤੇ ਰਾਤ ਦੇ ਦੀ ਆਪਾਂ ਗੱਲ ਕਰੀਏ ਤਾਂ ਉਹ ਬਹੁਤ ਵੱਡਾ ਫਰਕ ਹੁੰਦਾ, ਜੇ 50 ਕਿਲੋਮੀਟਰ 'ਤੇ, ਅਤੇ ਆਪਾਂ ਇੱਕ ਸਟੇਟ ਦਾ ਬਾਇਆ ਦੇਖੀਏ ਤਾਂ ਉਹ ਲਗਭਗ 200, 250, 300, ਈਵਨ ਕਿ 600 ਕਿਲੋਮੀਟਰ ਤੱਕ ਦਾ ਵੀ ਸਟੇਟਾਂ ਦਾ ਬਾਇਆ ਹੈਗਾ। ਆਪਾਂ ਇੱਕੋ ਹੀ ਸਟੇਟ ਦੇ ਵਿੱਚ ਕਹਿੰਦੇ ਹਾਂ ਪੰਜਾਬ ਦੇ ਵਿੱਚ ਆਹ ਕਣਕ ਦੀ ਵਰਾਇਟੀ ਕਾਮਯਾਬ ਆ, ਆਹ ਬਿਜਾਈ ਦਾ ਸਮਾਂ ਜ਼ਿਆਦਾ ਵਧੀਆ ਇਹਨਾਂ ਦਿਨਾਂ 'ਚ ਬੀਜ ਲਓ, ਪਰ ਅਸਲ ਦੇ ਵਿੱਚ ਜਿਵੇਂ ਆਪਾਂ ਪੰਜਾਬ ਅਤੇ ਹਰਿਆਣੇ ਦੀ ਗੱਲ ਕਰੀਏ ਜਿਨ੍ਹਾਂ ਦੇ ਵਿੱਚ MSP ਵੀ ਹੈਗਾ, ਕਣਕ ਦੀ ਬਿਜਾਈ ਵੀ ਵੱਡੇ ਪੱਧਰ 'ਤੇ ਹੁੰਦੀ ਆ, ਰਾਜਸਥਾਨ ਦੇ ਵੀ ਕੁਛ 2 ਜ਼ਿਲ੍ਹੇ ਇਹਦੇ ਵਿੱਚ ਆਉਂਦੇ ਆ, ਪਰ ਜਿਹੜਾ ਨੌਰਥ ਪੰਜਾਬ ਆ ਜਾਂ ਈਸਟ ਪੰਜਾਬ ਆ ਜਿਹਦੇ ਵਿੱਚ ਪਹਾੜੀ ਏਰੀਆ ਲੱਗਦਾ, ਉੱਥੇ ਅਗੇਤੀ ਕਣਕ ਬੀਜੀ ਜਾਂਦੀ ਆ, ਕੋਈ ਖਤਰਾ ਨਹੀਂ ਹੈਗਾ, ਉੱਥੇ ਸੁੰਡੀਆਂ ਨਹੀਂ ਆਉਂਦੀਆਂ ਹੈਗੀਆਂ, ਕਿਉਂਕਿ ਉੱਥੇ ਕਣਕ ਨੂੰ ਉਹਦਾ ਜ਼ਰੂਰੀ ਲੋੜੀਂਦਾ ਤਾਪਮਾਨ ਮਿਲਦਾ ਰਹਿੰਦਾ।
ਪਰ ਜਾਂ ਮਿਡ ਪੰਜਾਬ ਦੀ ਗੱਲ ਕਰੀਏ, ਮੋਗਾ ਬਰਨਾਲੇ ਦੀ ਗੱਲ ਕਰੀਏ, ਜਾਂ ਬਠਿੰਡਾ ਅਬੋਹਰ ਫਾਜ਼ਿਲਕਾ ਮਾਨਸਾ ਇਹਨਾਂ ਦੀ ਗੱਲ ਕਰੀਏ, ਤਾਂ ਇੱਥੇ ਇਹ ਸੁੰਡੀ ਦੇ ਸੰਗਰੂਰ ਦੇ ਵਿੱਚ ਇੱਥੇ ਹਮਲੇ ਜ਼ਿਆਦਾ ਦਿਖੇ ਆ। ਜਿਹੜੇ ਜੁੜੇ ਹੋਏ ਕਿਸਾਨ ਆ ਉਹਨਾਂ ਦੀ ਆਪਣੀ ਪਰਸਨਲ ਫੀਡਬੈਕ ਆ ਕਿ ਕਿਸੇ ਵਿਧੀ ਦੇ ਨਾਲ ਇਹਨੂੰ ਜੋੜਿਆ ਨਹੀਂ ਜਾ ਸਕਦਾ। ਇਹਨੂੰ ਹੱਲ ਕਰਨਾ ਤਾਂ ਕਣਕ ਦੀ ਬਿਜਾਈ ਲੇਟ ਹੋ ਜੇ ਤਾਂ ਜ਼ਿਆਦਾ ਵਧੀਆ, ਕਿਉਂਕਿ ਜੇਕਰ ਇਹ ਸੁੰਡੀ ਜ਼ਿਆਦਾ ਵੱਡੀ ਤਾਦਾਦ ਦੇ ਵਿੱਚ ਆਉਣ ਲੱਗੀ ਤਾਂ ਆਪਣੀ ਮੇਨ ਫਸਲ ਆ ਕਣਕ, ਜਿਹਨੂੰ ਆਪਾਂ ਕਹਿੰਦੇ ਹੁੰਦੇ ਸਭ ਤੋਂ ਘੱਟ ਖਰਚੇ ਨਾਲ ਜੇ ਕੋਈ ਫਸਲ ਪਲਦੀ ਹੈ ਤਾਂ ਉਹ ਕਣਕ ਆ। ਉਹਦੇ ਵਿੱਚ ਵੀ 4-5 ਵੱਡੀਆਂ ਸਮੱਸਿਆਵਾਂ ਪਹਿਲਾਂ ਚੱਲ ਰਹੀਆਂ, ਪਰ ਜੇ ਆਹ ਸਮੱਸਿਆ ਐਡ ਹੁੰਦੀ ਹੈ ਤਾਂ ਆਪਣੀ ਸਿਰਦਰਦੀ, ਆਪਣੇ ਖਰਚ, ਆਪਣੀ ਆਮਦਨ ਘਟਣੀ ਆ, ਖਰਚੇ ਅਤੇ ਸਿਰਦਰਦੀ ਵੱਧ ਜਾਣੀ ਆ। ਸੋ ਮੈਂ ਇਸ ਵੀਡੀਓ ਦੇ ਜ਼ਰੀਏ ਤੁਹਾਡੇ ਨਾਲ ਇੱਕ ਇਹ ਜਾਣਕਾਰੀ ਸਾਂਝੀ ਕਰਨੀ ਸੀ ਕਿ ਪਿਛਲੇ 3 ਸਾਲਾਂ ਦੇ ਇਹ ਕੇਸ ਆ ਰਹੇ ਆ ਲਗਾਤਾਰ। ਜਿਵੇਂ ਇਸ ਵਾਰ ਸੁੰਡੀ ਨੇ ਨਰਮਾ ਤਬਾਹ ਕਰਤਾ, ਜਿਹੜੇ ਮੱਕੀ ਵਾਲੇ ਏਰੀਏ ਸੀ ਉਹਨਾਂ ਦੇ ਵਿੱਚ ਉਹ ਵੀ ਸੁੰਡੀ ਨੇ ਬਹੁਤ ਜ਼ਿਆਦਾ ਆਪਦਾ ਰੌਲਾ ਪਵਾਇਆ, ਉੱਥੇ ਵੀ ਫਸਲ ਨੂੰ ਖਰਾਬ ਕੀਤਾ। ਬਾਜਰੇ ਦੇ ਵਿੱਚ ਵੀ ਸੁੰਡੀ ਦੇਖੀ ਗਈ ਆ, ਸੂਰਜਮੁਖੀ ਦੇ ਵਿੱਚ ਵੀ ਸੁੰਡੀ ਦੇਖੀ ਗਈ ਆ, ਜੇ ਕਣਕ ਦੇ ਵਿੱਚ ਵੀ ਇਹੀ ਰੌਲਾ ਪੈ ਗਿਆ ਤੇ ਸਟਾਰਟਿੰਗ ਵਾਲੀ ਅਵਸਥਾ ਦੇ ਵਿੱਚ ਜੇਕਰ ਸੁੰਡੀ ਆਉਂਦੀ ਆ ਤਾਂ ਕਿੰਨੀਆਂ ਕੁ ਸਪਰੇਹਾਂ ਕਰ ਲਾਂਗੇ, ਤਾਂ ਆਪਣੇ ਜਿਹੜੀ ਹੈਗੀ ਆ ਤਕਲੀਫ ਵਧਣੀ ਆ। ਆਪਣੀ ਇਸ ਸਮੱਸਿਆ ਦਾ ਹੱਲ ਇਕੱਠੇ ਬੈਠ ਕੇ ਸਪਰੇਅ ਦੇ ਨਾਲ ਨਹੀਂ ਹੋਣਾ, ਬਿਜਾਈ ਨੂੰ ਲੇਟ ਕਰਕੇ ਹੋਣਾ। ਆਪਣੇ ਏਰੀਆ ਮੁਤਾਬਕ ਆਪਾਂ ਨੂੰ ਉਹਨਾਂ ਵਰਾਇਟੀਆਂ ਦਾ ਚੂਜ਼ ਕਰਨਾ ਪੈਂਦਾ ਜਿਹੜੀਆਂ ਆਪਣੇ ਏਰੀਏ ਦੇ ਨਾਲ ਤਾਲਮੇਲ ਕਰਕੇ ਚੰਗੇ ਝਾੜ ਦਿੰਦੀਆਂ। ਜਾਣਕਾਰੀ ਜੇਕਰ ਤੁਹਾਨੂੰ ਚੰਗੀ ਲੱਗੀ ਜਾਂ ਕਿ ਤੁਹਾਡਾ ਸਵਾਲ ਆ ਤਾਂ ਤੁਸੀਂ ਨੀਚੇ ਆ ਕਮੈਂਟਾਂ ਦੇ ਵਿੱਚ ਜਿਹੜਾ ਕਮੈਂਟ ਬਾਕਸ ਉਹਨੂੰ ਯੂਜ਼ ਕਰਕੇ ਆਪਣਾ ਸਵਾਲ ਛੱਡ ਸਕਦੇ ਹੋ, ਤਾਂ ਮੈਂ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗਾ। ਲਗਾਤਾਰ ਖੇਤੀਬਾੜੀ ਦੇ ਨਾਲ ਜੁੜੀਆਂ ਹੋਈਆਂ ਵੀਡੀਓ ਦੇਖਣ ਦੇ ਲਈ ਆਪਣੇ ਫੇਸਬੁੱਕ ਪੇਜ, ਇੰਸਟਾਗ੍ਰਾਮ ਅਤੇ ਯੂਟਿਊਬ ਦੇ ਉੱਤੇ ਬਣੇ ਰਹੋ, ਕਿਉਂਕਿ ਕਈ ਵਾਰ ਵੀਡੀਓ ਤੁਹਾਨੂੰ ਡਾਇਰੈਕਟ ਨੋਟੀਫਿਕੇਸ਼ਨ ਦੇ ਰੂਪ ਵਿੱਚ ਨਹੀਂ ਮਿਲਦੀਆਂ ਟੈਕਨੀਕਲ ਇਸ਼ੂ ਕਰਕੇ, ਪਰ ਹਰ ਰੋਜ਼ ਤੁਸੀਂ ਆਪਣੇ ਰੁਝਾਨ ਦੇ ਵਿੱਚੋਂ ਕੋਈ 5-4 ਮਿੰਟ ਕੱਢ ਕੇ ਸਰਚ ਕਰਕੇ ਚੈਨਲ ਦੇ ਉੱਤੇ ਪਈ ਹੋਈ ਵੀਡੀਓ ਨੂੰ ਦੇਖ ਸਕਦੇ ਹੋ, ਤਾਂ ਕਿ ਜਿਹੜੀ ਲੋੜੀਂਦੀ ਜਾਣਕਾਰੀ ਆ ਉਹ ਤੁਹਾਨੂੰ ਸਮੇਂ ਸਿਰ ਮਿਲ ਸਕੇ। ਅੱਜ ਆਪਾਂ ਕਹਿ ਰਹੇ ਹਾਂ ਕਿ ਇਸ ਇਨਸੈਕਟ ਦਾ ਬਹੁਤ ਜ਼ਿਆਦਾ ਵੱਡਾ ਖਤਰਾ ਆਉਣ ਵਾਲੇ ਸਮੇਂ ਦੇ ਵਿੱਚ, ਆਪਣੇ ਵੱਡਾ ਖਤਰਾ ਪੈਦਾ ਹੋ ਸਕਦਾ ਆਉਣ ਵਾਲੇ 2 ਸਾਲਾਂ ਦੇ ਵਿੱਚ, ਹੋ ਸਕਦਾ ਕਣਕ ਛੱਡਣੀ ਪੈ ਜੇ, ਇਸ ਤਰ੍ਹਾਂ ਦਾ ਮਾਹੌਲ ਬਣ ਜੇ। ਪਰ ਅੱਜ ਆਪਾਂ ਨੂੰ ਜਿਸ ਕੰਮ 'ਤੇ ਕੰਮ ਕਰਨਾ ਚਾਹੀਦਾ, ਜਿਸ ਪੁਆਇੰਟ 'ਤੇ ਕੰਮ ਕਰਨਾ ਚਾਹੀਦਾ, ਉਸ ਤੋਂ ਵੀ ਨੇ ਆਪਾਂ ਨੂੰ ਭੱਜਣਾ ਚਾਹੀਦਾ, ਕਿਉਂਕਿ ਕਾਫੀ ਕਿਸਾਨਾਂ ਦੀਆਂ ਕਣਕਾਂ ਘੱਟ ਉੱਗ ਰਹੀਆਂ, ਉਹਦੇ ਵੀ ਕਾਰਨ ਹੈ। ਕਾਫੀ ਕਿਸਾਨਾਂ ਦੇ ਖੇਤਾਂ ਵਿੱਚ ਸੁੰਡੀ ਜਿੱਥੇ ਜ਼ਿਆਦਾ ਆਈ ਉਹਦਾ ਵੀ ਕੋਈ ਕਾਰਨ ਹੋਊਗਾ ਸਪੈਸ਼ਲ, ਕਿਸੇ ਵੀ ਕੰਮ ਵਿੱਚ ਅਣਗਹਿਲੀ ਨਹੀਂ ਚੱਲਦੀ। ਜਿਹੜਾ ਕੰਮ ਆਪਣਾ ਕਰਨਾ ਉਸ ਤੋਂ ਆਪਾਂ ਨੂੰ ਨਹੀਂ ਭੱਜਣਾ ਚਾਹੀਦਾ, ਸਰਕਾਰਾਂ ਨੇ ਕਰਨਾ, ਸਿਸਟਮ ਨੇ ਕੰਮ ਕਰਨਾ, ਉਹਦੇ ਨਾਲ ਹੀ ਹੱਲ ਹੋਣਾ ਹੁੰਦਾ। ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।